ਹਾਂਜੀ ਦੋਸਤੋ, ਮੈਂ ਜੱਸਾ ਮੜੀ ਵਾਲਾ ਆਪ ਸਭ ਦਾ ਸਵਾਗਤ ਕਰਦਾ ਆਪਦੇ ਆਪਣੇ ਚੈਨਲ ਕਬੱਡੀ 105 ਉੱਤੇ। ਜੇਕਰ ਤੁਸੀਂ ਆਪਣੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲੇ ਬਟਨ ਨੂੰ ਜ਼ਰੂਰ ਦੱਬ ਕੇ ਰੱਖਣਾ ਅਤੇ ਤੁਸੀਂ ਕਬੱਡੀ 105 ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ। ਦੋਸਤੋ ਕਰੋ ਨੋਟ, ਅੱਜ ਹੋਣ ਵਾਲੇ ਕਬੱਡੀ ਦੇ ਮੈਚ ਅੱਜ 19 ਨਵੰਬਰ 2024 ਦਿਨ ਮੰਗਲਵਾਰ ਨੂੰ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ। ਤਾਂ ਦੋਸਤੋ ਅੱਜ ਵੱਡਾ ਕਬੱਡੀ ਦਾ ਕੱਪ ਹੋਵੇਗਾ ਜਿੱਥੇ 4 ਟਰੈਕਟਰ ਦਿੱਤੇ ਜਾਣਗੇ। ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਦੋਸਤੋ ਅੱਜ ਕਬੱਡੀ ਦੇ ਮੈਚ ਹੋਣਗੇ, ਪਿੰਡ ਹੋਵੇਗਾ ਦੌਣ ਕਲਾਂ, ਜ਼ਿਲ੍ਹਾ ਹੋਵੇਗਾ ਪਟਿਆਲਾ। ਇੱਥੇ ਦੋਸਤੋ ਅੱਜ ਕਬੱਡੀ 1 ਪਿੰਡ ਓਪਨ ਦੇ ਮੈਚ ਹੋਣਗੇ ਅਤੇ ਕਬੱਡੀ 1 ਪਿੰਡ ਓਪਨ ਵਿੱਚ 3 ਖਿਡਾਰੀ ਬਾਹਰੋਂ ਖੇਡਣਗੇ। ਪਹਿਲਾ ਇਨਾਮ ਹੋਵੇਗਾ 1 ਲੱਖ ਰੁਪਏ ਅਤੇ ਦੂਜਾ ਇਨਾਮ ਹੋਵੇਗਾ 75,000 ਰੁਪਏ। ਬੈਸਟ ਰੇਡਰ ਅਤੇ ਜਾਫੀ ਨੂੰ 4 ਟਰੈਕਟਰ ਦਿੱਤੇ ਜਾਣਗੇ ਅਤੇ ਸੱਦੇ ਪੱਤਰ ਵਾਲੀਆਂ 8 ਚੋਟੀ ਦੀਆਂ ਟੀਮਾਂ ਦੇ ਮੈਚ ਹੋਣਗੇ ਅਤੇ ਕੁਆਟਰ ਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ 50,000 ਰੁਪਏ ਦਿੱਤੇ ਜਾਣਗੇ ਅਤੇ ਬਾਕੀ ਸੈਮੀ ਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ 60,000 ਰੁਪਏ ਹੋਣਗੇ। ਅਤੇ ਇਹਦਾ ਲਾਈਵ ਕਬੱਡੀ ਕੱਪ ਦਾ ਤੁਸੀਂ ਦੇਖ ਸਕਦੇ ਹੋ 1, 2, 3 ਲਾਈਵ ਦੇ ਜ਼ਰੀਏ। ਬਹੁਤ ਵਧੀਆ ਇੱਥੇ ਕਬੱਡੀ ਦੇ ਮੈਚ ਹੋ ਰਹੇ ਆ, ਪਿੰਡ ਦੌਣ ਕਲਾਂ, ਜ਼ਿਲ੍ਹਾ ਪਟਿਆਲਾ। ਕਬੱਡੀ ਓਪਨ, 3 ਖਿਡਾਰੀ ਬਾਹਰੋਂ, ਪਹਿਲਾ ਇਨਾਮ 1 ਲੱਖ, ਦੂਜਾ ਇਨਾਮ 75,000, ਬੈਸਟ ਰੇਡਰ ਅਤੇ ਜਾਫੀ ਨੂੰ 4 ਟਰੈਕਟਰ, ਕੁਆਟਰ ਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ 50,000, ਸੈਮੀ ਫਾਈਨਲ ਹਾਰਨ ਵਾਲੀਆਂ ਟੀਮਾਂ ਨੂੰ 60,000, ਸੱਦੇ ਪੱਤਰ ਵਾਲੀਆਂ 8 ਟੀਮਾਂ ਲਾਈਵ 1, 2, 3 ਲਾਈਵ ਦੇ ਜ਼ਰੀਏ। ਤਾਂ ਇਹ ਸੀ ਦੋਸਤੋ ਅੱਜ ਹੋਣ ਵਾਲੇ